ਆਪਾਂ ਜੀ ਅੱਜ ਇਸ ਸਥਾਨ 'ਤੇ ਬਾਏ ਬੱਸ ਪਹੁੰਚੇ ਹਾਂ ਜੀ। ਸੜਕ ਦੇ ਇੱਕ ਪਾਸੇ 7 ਫੇਸ ਆ ਅਤੇ ਇੱਕ ਪਾਸੇ 8 ਫੇਸ ਆ। ਸ਼ਹਿਰ ਮੋਹਾਲੀ ਦੇ ਵਿੱਚ ਇਹ ਸੋਹਣਾ ਸਥਾਨ ਬਣਿਆ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਆਏ ਹੋਏ ਹਾਂ ਜੀ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਜੀ। ਜਿਹੜਾ ਇਹ ਸਥਾਨ ਆ ਜੀ, ਇਹ ਗੁਰਦੁਆਰਾ ਸਾਹਿਬ ਆ ਮੋਹਾਲੀ ਸ਼ਹਿਰ ਦੇ ਵਿੱਚ ਜੀ, ਫੇਸ 7 ਦੇ ਵਿੱਚ ਇਹ ਸਥਾਨ ਬਣਿਆ ਹੋਇਆ ਜੀ। ਆ ਜਾਓ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਜਿਹੜੀਆਂ ਸਾਹਮਣੇ ਜੀ ਉਹ ਆਪਾਂ ਬੱਤੀਆਂ ਦੇਖ ਰਹੇ ਹਾਂ, ਬਿਲਕੁਲ ਉਹ ਸਾਹਮਣੇ ਬੱਤੀਆਂ ਨੇ ਜਿਹੜੀਆਂ ਜੀ। ਉਸ ਜਗ੍ਹਾ ਬੱਸ ਨੇ ਆਪਾਂ ਨੂੰ ਉਤਾਰਿਆ ਸੀ ਜੀ, ਅਤੇ ਥੋੜ੍ਹਾ ਜਿਹਾ ਆਪਾਂ ਨੂੰ ਪੈਦਲ ਚੱਲ ਕੇ ਇਸ ਸਥਾਨ ਤੱਕ ਆਉਣਾ ਪਿਆ ਜੀ। ਗੁਰਦੁਆਰਾ ਸਾਹਿਬ ਦੇ ਬਾਹਰ ਜੀ ਇਹ ਮਾਰਕੀਟ ਬਣੀ ਹੋਈ ਆ ਜੀ, ਸ਼ੋਪਸ ਬਣੀਆਂ ਹੋਈਆਂ ਨੇ ਜੀ। ਜਿਸ ਜਗ੍ਹਾ ਤੋਂ ਆਪਾਂ ਕੁਛ ਲੈਣਾ ਹੋਵੇ, ਰੁਮਾਲ ਵਗੈਰਾ ਜਾਂ ਕੁਛ ਹੋਰ ਪੈਸੇ ਖੁੱਲ੍ਹੇ ਲੈਣੇ ਹੋਣ ਤਾਂ ਇਹਨਾਂ ਸ਼ੋਪਸ ਤੋਂ, ਇਹਨਾਂ ਦੁਕਾਨਾਂ ਤੋਂ ਲੈ ਸਕਦੇ ਹਾਂ ਜੀ। ਮੇਨ ਰੋਡ ਦੇ ਉੱਤੇ ਜੀ ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ। ਤੁਸੀਂ ਪੜ੍ਹ ਸਕਦੇ ਹੋ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਪਾਤਸ਼ਾਹੀ 7ਵੀਂ ਲੰਬੇ। ਆ ਜਾਓ ਆਪਾਂ ਚੱਲਦੇ ਹਾਂ ਇਸ ਸਥਾਨ ਦੇ ਅੰਦਰ ਜੀ, ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਪਾਂ ਜੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਇੱਕ ਪਾਸੇ ਜੀ ਪੜ੍ਹ ਸਕਦੇ ਹੋ ਬੋਰਡ ਦੇ ਉੱਤੇ ਕਾਰ ਪਾਰਕਿੰਗ ਲਿਖਿਆ ਹੋਇਆ ਜੀ, ਅਤੇ ਇਸ ਸਾਈਡ ਬਣੇ ਹੋਏ ਨੇ ਵਾਸ਼ਰੂਮ ਜੀ। ਜੀ ਆਇਆਂ ਨੂੰ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਪਾਤਸ਼ਾਹੀ 7ਵੀਂ ਲੰਬੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ। ਆ ਜਾਓ ਆਪਾਂ ਚੱਲਦੇ ਹਾਂ ਹੁਣ ਅਸਥਾਨ ਦੇ ਅੰਦਰ ਜੀ। ਇਹ ਜ਼ਰੂਰੀ ਬੇਨਤੀ ਆ ਜੀ, ਸ਼੍ਰੀ ਦਰਬਾਰ ਸਾਹਿਬ ਜਾਣ ਸਮੇਂ ਜੀ ਕੈਪਰੀ, ਨਿੱਕਰ, ਜਰਾਬਾਂ, ਟੋਪੀ ਪਾ ਕੇ ਜਾਣਾ ਸਖ਼ਤ ਮਨਾ ਜੀ। ਅਤੇ ਇੱਕ ਪਾਸੇ ਨਾ ਏਅਰਪੋਰਟ ਆ, ਤੁਸੀਂ ਦੇਖੋ ਜਹਾਜ਼ ਆ ਰਹੇ ਨੇ ਵਾਰ ਵਾਰ, ਦੇਖੋ ਸਕਰੀਨ ਦੇ ਉੱਤੇ। ਆ ਜਾਓ ਹੁਣ ਆਪਾਂ ਚੱਲਦੇ ਹਾਂ ਅਸਥਾਨ ਦੇ ਅੰਦਰ ਜੀ, ਦਰਸ਼ਨ ਕਰਦੇ ਹਾਂ ਜੀ। ਜਿਹੜਾ ਇਹ ਸਥਾਨ ਆ ਜੀ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ, ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਜੀ ਇਸ ਜਗ੍ਹਾ ਦੇ ਉੱਤੇ, ਅੰਬ ਦਾ ਬੂਟਾ ਜ਼ਰੂਰ ਲਾਉਂਦੀਆਂ ਨੇ ਜੀ। ਸਾਤੋਂ ਵੀ ਉਸ ਪਰਮਾਤਮਾ ਉਸ ਵਾਹਿਗੁਰੂ ਨੇ ਸੇਵਾ ਲਈ ਜੀ, ਆਪਾਂ ਵੀ ਅੱਜ ਇਸ ਸਥਾਨ ਦੇ ਉੱਤੇ ਅੰਬ ਦੇ ਬੂਟੇ ਲਾ ਚੱਲੇ ਜੀ। ਤੁਹਾਡਾ ਵੀ ਮੌਕਾ ਲੱਗਿਆ ਇਸ ਸਥਾਨ ਦੇ ਉੱਤੇ ਆਏ ਤਾਂ ਇੱਕ ਅੰਬ ਦਾ ਬੂਟਾ ਜ਼ਰੂਰ ਲਾ ਕੇ ਜਾਇਓ ਜੀ। ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ। ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ। Thank you.
ਤੁਸੀਂ ਠੰਡਾ ਪਾਣੀ ਛਕਣਾ ਹੋਵੇ ਤਾਂ ਛਕ ਸਕਦੇ ਹੋ ਜੀ। ਅਤੇ ਇਹਦੇ ਬਿਲਕੁਲ ਨਾਲ ਆ ਜੀ ਇਸ ਸਾਈਡ ਇਹ ਪਾਰਕਿੰਗ ਆ ਜੀ, ਗੁਰਸਿੱਖ ਦੀ ਨਿੱਤ ਕਰਨੀ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲ ਕੀ ਸੁਰਤ ਕਰੰਦਾ, ਤੁਸੀਂ ਪੜ੍ਹ ਸਕਦੇ ਹੋ ਜੀ। ਅਤੇ ਇਹਦੇ ਨਾਲ ਆ ਜੀ ਜੋੜਾ ਘਰ, ਜਿਸ ਜਗ੍ਹਾ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਕੇ ਜੀ ਚੱਲਦੇ ਹਾਂ ਫਿਰ ਅੰਦਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜੀ। ਪਾਤਸ਼ਾਹ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਨਾਮ ਦੇ ਉੱਤੇ ਜੀ ਸੁਪਰ ਸਪੈਸ਼ਲਿਸਟ ਮੈਡੀਕਲ ਓਪੀਡੀ ਚੈਰੀਟੇਬਲ ਦਾ ਪ੍ਰਬੰਧ ਵੀ ਹੈ ਜੀ ਇਸ ਜਗ੍ਹਾ ਦੇ ਉੱਤੇ, ਤੁਸੀਂ ਪੜ੍ਹ ਸਕਦੇ ਹੋ। ਕਈ ਡਾਕਟਰ ਸਾਹਿਬਾਨ ਇਸ ਜਗ੍ਹਾ ਦੇ ਉੱਤੇ ਬੈਠਦੇ ਨੇ ਜੀ। ਇਹਦੇ ਨਾਲ ਆ ਜੀ ਕੜਾਹ ਪ੍ਰਸ਼ਾਦ ਘਰ, ਜਿਸ ਜਗ੍ਹਾ ਤੋਂ ਆਪਾਂ ਦੇਖ ਲੈ ਸਕਦੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ। ਅੱਜ ਹੁਣ ਆਪਾਂ ਚੱਲਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜੀ। ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ, ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ। ਸਾਹਮਣੇ ਚਾਹ ਦਾ ਲੰਗਰ ਦਾ ਪ੍ਰਬੰਧ ਆ ਜੀ। ਧੰਨ ਧੰਨ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ। ਅੱਜ ਚੱਲਦੇ ਹਾਂ ਆਪਾਂ ਦਰਸ਼ਨ ਕਰਦੇ ਹਾਂ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਸ ਜਗ੍ਹਾ ਜੀ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਫਿਰ ਆਪਾਂ ਅੰਦਰ ਦਰਸ਼ਨਾਂ ਨੂੰ ਜਾ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਾਬਾ ਜੀ ਇਸ ਸਥਾਨ ਦੇ ਉੱਤੇ ਸੇਵਾ ਕਰਦੇ ਨੇ ਜੀ, ਇਸ ਸਥਾਨ ਦਾ ਕੀ ਇਤਿਹਾਸ ਆ ਜੀ ਆਪਾਂ ਬਾਬਾ ਜੀ ਤੋਂ ਜਾਣਦੇ ਹਾਂ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਦੇ ਭਾਈ ਪੂਰਮ ਸਿੰਘ ਹੋਏ ਲੰਬਿਆਂ ਪਿੰਡ ਦੇ ਜੀ। ਅੱਛਾ ਜੀ। ਉਹ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਮਿਲਣ ਗਏ ਜੀ, ਮੱਥਾ ਟੇਕਣ ਗਏ ਦਰਬਾਰ ਸਾਹਿਬ। ਅੱਛਾ ਜੀ। ਉਹ ਅੰਬਾਂ ਦੀ ਰੁੱਤ ਸੀ ਉਸ ਟਾਈਮ। ਅੱਛਾ ਜੀ। ਉਹ ਜਦੋਂ ਸ਼ਾਮ ਨੂੰ ਸਮਾਪਤੀ ਹੋਈ, ਕੋਈ ਸੰਗਤ ਕੁਛ ਲਿਆ ਜੀ, ਕਾਬਲ ਦੀ ਸੰਗਤ ਅੰਬਾਂ ਦੀ ਅੰਬ ਲੈ ਕੇ ਆਈ। ਕਾਬਲ ਦੀ ਸੰਗਤ ਜੀ। ਕਾਬਲ ਦੀ ਸੰਗਤ। ਅੱਛਾ ਜੀ। ਉਹ ਜਦੋਂ ਵਰਤਾਰਾ ਵਰਤਾਇਆ, ਭਾਈ ਕੁਰਮ ਸਿੰਘ ਵੀ ਅੰਬ ਦਾ ਪ੍ਰਸ਼ਾਦ ਮਿਲਿਆ। ਅੱਛਾ ਜੀ। ਉਹਨੇ ਪ੍ਰਸ਼ਾਦ ਛਕਿਆ ਨਹੀਂ, ਪ੍ਰਸ਼ਾਦ ਤੌਰ 'ਤੇ ਰੱਖ ਲਿਆ। ਉਹ ਅੰਮ੍ਰਿਤ ਵੇਲੇ ਉੱਠੇ, ਉਹੀ ਅੰਬ ਦਾ ਇਸ਼ਨਾਨ ਕਰਕੇ ਗੁਰੂ ਸਾਹਿਬ ਨੂੰ ਭੇਟਾ ਕੀਤਾ। ਅੱਛਾ ਜੀ। ਗੁਰੂ ਸਾਹਿਬ ਬੋਲੇ, ਵੇ ਭਾਈ ਇਹ ਤਾਂ ਤੈਨੂੰ ਅਸੀਂ ਛਕਣ ਨੂੰ ਦਿੱਤਾ ਤਾਂ ਅੰਬ, ਵੇ ਤੁਸੀਂ ਸਾਨੂੰ ਫੇਰ ਭੇਟਾ ਕਰਤਾ। ਅੱਛਾ ਜੀ। ਉਹ ਕਹਿੰਦੇ ਮਹਾਰਾਜ ਜੀ ਅਸੀਂ ਅੰਬਾਂ ਤੋਂ ਦੇਸ਼ ਦੇ ਵਿੱਚੋਂ ਆਏ ਹਾਂ, ਉਹਦੇ 'ਤੇ ਵੀ ਅਸੀਂ ਅੰਬ ਨਹੀਂ ਲਿਆ ਸਕੇ। ਮਹਾਰਾਜ ਕਹਿੰਦੇ ਭਾਈ ਤੇਰੀ ਇਹ ਮਨੋਕਾਮਨਾ ਪੂਰੀ ਕਰਾਂਗੇ, ਅਸੀਂ ਸੱਤਵੇਂ ਜਾਮੇ ਤੁਹਾਡੇ ਕੋਲ ਆਉਂਗੇ, ਅੱਛਾ ਜੀ, ਉਰੀ ਆ ਕੇ ਅੰਬ ਛਕੂੰਗੇ। ਅੱਛਾ ਜੀ। ਉਹ ਫਿਰ ਉਹ ਭਾਈ ਇੱਥੇ ਆ ਕੇ ਭਗਤੀ ਲਾ ਕੇ ਕਰਨ, ਬਹੁਤ ਦੇਰ ਉਹਨੇ ਭਗਤੀ ਕਰੀ। ਅੱਛਾ ਜੀ। ਜਦੋਂ ਗੁਰੂ ਹਰਾਏ ਜੀ ਸੱਤਵੇਂ ਜਾਮੇ 'ਚ ਆਏ ਜੀ, ਅੱਛਾ ਜੀ, ਇੱਥੇ ਕੁਲਖੇਤਰ ਤੋਂ ਹੁੰਦੇ ਹੋਏ, ਅੱਛਾ ਜੀ, ਇੱਥੇ ਭਾਈ ਪੋਧੀ ਸੰਗਰਾਂਦ ਨੂੰ ਇੱਥੇ ਆਏ ਜੀ। ਅੱਛਾ ਜੀ। ਪੋਧੀ ਸੰਗਰਾਂਦ ਨੂੰ ਮਿਲਣ ਆਏ, ਕਿਸੇ ਨੂੰ ਪੁੱਛਿਆ ਭਾਈ ਸਾਡੇ ਭਗਤ ਨੇ, ਕਹਿੰਦੇ ਜੀ ਉੱਥੇ ਬਾਗ ਦੇ ਵਿੱਚ ਭਗਤੀ ਕਰਦਾ। ਅੱਛਾ ਜੀ। ਜਦੋਂ ਆਏ ਉਰੇ ਉਸ ਟਾਈਮ ਅੰਬਾਂ ਦੀ ਰੁੱਤ ਹੈ ਨਹੀਂ ਜੀ। ਅੱਛਾ ਜੀ। ਦਸੰਬਰ ਦਾ ਮਹੀਨਾ ਦਾ ਠੰਡ ਦਾ, ਠੀਕ ਆ ਜੀ। ਜਦੋਂ ਕਿਹਾ ਭਾਈ ਹੁਣ ਸਾਨੂੰ ਅੰਬ ਛਕਾ, ਉਹ ਕਹਿੰਦੇ ਮਹਾਰਾਜ ਹੁਣ ਤਾਂ ਅੰਬਾਂ ਦੀ ਰੁੱਤ ਹੈ ਹੀ ਨਹੀਂ। ਅੱਛਾ ਜੀ। ਫਿਰ ਮਹਾਰਾਜ ਨੇ ਕਿਹਾ ਵੀ ਤੂੰ ਭਾਈ ਇੱਕ ਵਾਰੀ ਅੰਬ ਕਨੀ ਦੇ ਭਗਤਾ। ਅੱਛਾ ਜੀ। ਤੇ ਅੰਬ ਲੱਗੇ, ਜਦੋਂ ਦੇਖਿਆ ਭਾਈ ਕੁਰਮ ਸਿੰਘ ਨੇ ਉੱਪਰ ਅੰਬ ਵੱਲ, ਕਹਿੰਦੇ ਅੰਬੇ ਅੰਬ ਲੱਗੇ ਹੋਏ ਤੇ। ਅੱਛਾ ਜੀ। ਵੀ ਸਾਰੀ ਸੰਗਤ ਨੇ ਭਾਈ ਕੁਰਮ ਸਿੰਘ ਨੇ ਅੰਬ ਛਕਾਏ, ਗੁਰੂ ਸਾਹਿਬ ਨੂੰ ਅੰਬ ਛਕਾਏ, ਵੀ ਉਸ ਬਾਅਦ ਤੋਂ ਉਰੇ ਗੁਰਦੁਆਰਾ ਅੰਬ ਸਾਹਿਬ ਦਾ ਨਾਮ ਪ੍ਰਚਲਿਤ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦਾ ਇਤਿਹਾਸ ਜੀ ਵੀਡੀਓ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਜੀ। ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ, ਵੀਡੀਓ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਜੀ।
ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਅਸਥਾਨ ਦੇ ਉੱਤੇ ਜੀ ਚੋਲੇ ਦਾ ਕਲਰ ਚੇਂਜ ਹੋ ਗਿਆ ਜੀ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜੀ, ਇਸ ਕਰਕੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਬਦਲ ਦਿੱਤਾ ਗਿਆ ਜੀ। ਆ ਜਾਓ ਜੀ, ਹੁਣ ਆਪਾਂ ਚੱਲਦੇ ਹਾਂ ਅੰਦਰ ਨੂੰ, ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਸ ਸਥਾਨ ਦੇ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣੇ ਹੋਣ ਜੀ ਤਾਂ ਇਸ ਜਗ੍ਹਾ ਤੇ ਆਪਾਂ ਬੁਕਿੰਗ ਕਰਵਾ ਸਕਦੇ ਹਾਂ, ਰਸੀਦ ਲੈ ਸਕਦੇ ਹਾਂ ਜੀ। ਹਰ ਮਹੀਨੇ ਦੀ ਸੰਗਰਾਂਦ ਨੂੰ ਜੀ ਆਪਣਾ ਸੰਚਾਰ ਵੀ ਇਸ ਸਥਾਨ ਦੇ ਉੱਤੇ ਕੀਤਾ ਜਾਂਦਾ ਜੀ ਤੇ 10 ਵਜੇ ਜੀ ਅੰਮ੍ਰਿਤ ਸੰਚਾਰ ਸ਼ੁਰੂ ਹੁੰਦਾ ਆ ਜੀ। ਦਰਸ਼ਨ ਆਪਾਂ ਕਰ ਲਏ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲ ਨੂੰ, ਜਿਸ ਜਗ੍ਹਾ ਜੀ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਲੰਗਰਾਂ ਦੇ ਵਿੱਚ ਕੋਈ ਸੇਵਾ ਕਰਨੀ ਹੋਏ ਆਪਾਂ ਸੇਵਾ ਕਰ ਸਕਦੇ ਹਾਂ ਜੀ। ਫੁੱਲ ਨਾ ਤੋੜੋ ਜੀ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੁਛ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ, ਸਾਡਾ ਫਰਜ਼ ਆ ਜੀ ਉਹਨਾਂ ਨੂੰ ਫੋਲੋ ਕਰਨ ਦਾ। ਤੁਸੀਂ ਦੇਖੋ ਚਾਰੇ ਪਾਸੇ ਰੁੱਖ ਹੀ ਰੁੱਖ ਨੇ, ਦਰਖਤ ਨੇ ਜੀ, ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ ਜੀ। ਇਸ ਪਾਸੇ ਆ ਰਿਹਾਇਸ਼ ਜੀ, ਜੇਕਰ ਆਪਾਂ ਰੁਕਣਾ ਹੋਵੇ ਤਾਂ ਇਸ ਜਗ੍ਹਾ ਆਪਾਂ ਰੂਮ ਲੈ ਸਕਦੇ ਹਾਂ ਜੀ। ਬਹੁਤ ਵੱਡੀ ਸਰਾਂ ਆ ਇਸ ਸਥਾਨ ਦੇ ਜੀ, ਪਰ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹ ਆ ਦਫ਼ਤਰ ਜੀ, ਇਸ ਜਗ੍ਹਾ ਤੋਂ ਆਪਾਂ ਆਪਣਾ ਕਮਰਾ ਬੁੱਕ ਕਰ ਸਕਦੇ ਹਾਂ, ਲੈ ਸਕਦੇ ਹਾਂ ਜੀ। ਇੱਧਰ ਆ ਲੰਗਰ ਜੀ, ਕਾਰ ਸੇਵਾ, ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਦਾ ਲੰਗਰ ਲਾਇਆ ਹੋਇਆ ਜੀ ਕਾਰ ਸੇਵਾ ਵਾਲਿਆਂ ਦਾ।
ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਇਹ ਆ ਜੀ ਗੁਰੂ ਘਰ ਦੀ ਰਸੋਈ ਜੀ, ਜਿਸ ਜਗ੍ਹਾ ਸੰਗਤ ਵਾਸਤੇ ਖਾਣਾ ਤਿਆਰ ਕੀਤਾ ਜਾਂਦਾ ਆ ਜੀ। ਜਿਹੜਾ ਇਹ ਸਾਰਾ ਖਾਣਾ ਆ ਜੀ, ਭੋਜਨ ਆ, ਪ੍ਰਸ਼ਾਦਾ ਆ ਜੀ, ਇਹ ਸਾਰਾ ਸਟੀਮ ਨਾਲ ਤਿਆਰ ਕੀਤਾ ਜਾਂਦਾ ਆ। ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਇਹ ਦਾਲ ਆ ਜੀ ਬਣ ਕੇ ਰੈਡੀ ਆ, ਸਾਰਾ ਕੁਛ ਜੀ ਸਟੀਮਰ ਨਾਲ ਬਣਦਾ ਆ, ਸਟੀਮ ਨਾਲ ਜੀ। ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਇਹ ਆ ਜੀ ਕਾਰ ਸੇਵਾ ਵਾਲਿਆਂ ਦਾ ਲੰਗਰ। ਜੇਕਰ ਤੁਸੀਂ ਇਸ ਜਗ੍ਹਾ ਵੀ ਪ੍ਰਸ਼ਾਦਾ ਛਕਣਾ ਹੋਵੇ ਤਾਂ ਛਕ ਸਕਦੇ ਹੋ ਜੀ। ਸ਼੍ਰੀ ਗੁਰੂ ਹਰਿਰਾਇ ਸਾਹਿਬ ਮਲਟੀ ਸਪੈਸ਼ਲਿਸਟ ਮੈਡੀਕਲ ਓਪੀਡੀ, ਇਸ ਜਗ੍ਹਾ 'ਤੇ ਤੁਸੀਂ ਜੇਕਰ ਮੈਡੀਸਨ ਲੈਣੀ ਹੋਵੇ, ਕੋਈ ਟੈਸਟ ਕਰਾਉਣੇ ਹੋਣ ਤਾਂ ਇਸ ਜਗ੍ਹਾ ਦੇ ਉੱਤੇ ਕਰਵਾ ਸਕਦੇ ਹੋ ਜੀ। ਅਤੇ ਇਹਦੇ ਨਾਲ ਜੀ ਆ ਚਾਹ ਦਾ ਲੰਗਰ, ਜਿਸ ਜਗ੍ਹਾ ਤੋਂ ਆਪਾਂ ਚਾਹ ਛਕ ਸਕਦੇ ਹਾਂ ਜੀ। ਆਪਾਂ ਜੀ ਸਾਰੇ ਜਣੇ ਰਲ ਮਿਲ ਕੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਇਸ ਸਥਾਨ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੇ ਦਰਸ਼ਨ ਕਰ ਚੱਲੇ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਫਿਰ ਮਿਲਾਂਗੇ ਕਿਸੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।